दर्शकों प्रतिभा गलबात करांगे गुरबानी विचार दी जिस तरह की व्यूअर्स रमजान का जो मुबारक चल रहा है तो इस बारे फिर दोबारा आपां तुहानूं सारिआं नूं बहुत बहुत मुबारक दिंदे हां और आस करदे हां कि तुहाडा इह सारा महीना अल्लाह ताला दी इबादत गुजरे। सो जो साडे गुरु साडे सारिआं दे सांझे गुरु नानक साहिब जी ने उहनां दे पंचन वाचा पढ़न च की अमल निकलना चाहीदा है इस बारे एक शब्द विच फरमाया है। सो अज असीं उह तुहानूं नाल शेयर करन जा रहे हां तां सब गुरु ने विचार सुन रहे हां। सो असी चाहांगे कि तुसी साडे नाल इसे तरह ही बने रहना। देखन सुननी तुहाडा सब दा बहुत बहुत शुक्रिया जी। डॉक्टर साहब की कहना चाहोगे? देखो सब तो पहला तो असी अपने सारे व्यूअर्स नूं खास तौर ते जिन्होंने साढ़े सैटरडे दे सैगमेंट ते खास तौर ते जिहड़ा चौथा सैगमेंट साडा रूहानियत दा सी और जिस दे विच बीबी कियानी जी साडी पाकिस्तानी भैण उन्होंने बड़ा इफेक्टिव मैसेज जिहड़ा बाबा नानक और भाई मरदाना जी जिहड़े उन्हां दे रबाबी सन साथी सन सफरां दे उन्हां प्रति दित्ता है उस नूं साडे दर्शकां ने बहुत सराहया। बहुत सारिआं ने तां कहा वी साडीआं अक्खां हंजुआं दे नाल तर सन और कोई लफ्ज़ नहीं सी कि असीं कुछ कह सकीए पर मैं इह महसूस करदा हां कि इह साडे लई जरूरी है कि असीं सांझां दी गल जिहड़ी है उस नूं अगे तोरीए और खास तौर ते जदों के 47 दे पागलपन दे दौर ने और उस तो बाद हिंदू तवियां दे असर ने साडे हिस्से नूं भी काफी नूं और पाकिस्तान दे हवाले नाल भी देखिए जिथे कट्टड़पन दी लाइन वाले इस्लाम नूं एक डिफरेंट एंगल तो इंटरप्रेट करदे ने उहनां दी बदौलत भी जो साडियां विथां पईआं आपसी नफरत किसी हद तक हिंदू तवियां ने फैलाण दी कोशिश कीती ਉਹ ਕਾਫੀ ਕੁਛ ਧੁੱਪ ਗਿਆ ਹੈ ਕੁਛ ਧੁੱਲ ਰਿਹਾ ਹੈ ਕੁਛ ਉਸ ਦੇ ਵਿੱਚ ਭਾਵੇਂ ਗਲਤ ਫਹਿਮੀਆਂ ਨੇ ਜਿਹਨਾਂ ਬਾਰੇ ਅਸੀਂ TV84 ਜਿਹੜਾ ਪਿਛਲੇ ਲਗਭਗ 7-8 ਸਾਲ ਤੋਂ ਸਾਡਾ ਇੱਕ ਯਤਨ ਹੈ ਨਿਮਾਣਾ ਜਿਹਾ ਯਤਨ ਹੈ ਔਰ ਜਿਵੇਂ ਸਾਡੇ ਭੈਣ ਭਰਾ ਇਹ ਸਾਨੂੰ ਲਿਖਦੇ ਨੇ ਕਿ ਇਹ ਯਤਨ ਸਫਲ ਵੀ ਹੈ ਕਿ ਉੱਥੇ ਅਸੀਂ ਇਹ ਠੀਕ ਹੈ ਕਿ ਜਦੋਂ ਇਤਿਹਾਸ ਦੇ ਸਫ਼ਰ ਸ਼ੁਰੂ ਹੁੰਦੇ ਨੇ ਕੌਮਾਂ ਦੀ ਜ਼ਿੰਦਗੀ 'ਚ ਟਕਰਾਅ ਵੀ ਹੁੰਦੇ ਨੇ ਕੁਛ ਡਿਸਿਮਿਲੈਰਿਟੀਜ਼ ਵੀ ਹੁੰਦੀਆਂ ਇਹ ਨਹੀਂ ਹੈ ਕਿ ਵੀ ਸਭ ਕੁਛ ਇੱਕੋ ਹੁੰਦਾ ਜੇ ਸਭ ਕੁਛ ਇੱਕੋ ਹੋਏ ਤਾਂ ਫਿਰ ਦੋ ਦੀ ਲੋੜ ਹੀ ਨਹੀਂ ਹੁੰਦੀ ਫਿਰ ਤਾਂ ਇੱਕੋ ਹੀ ਹੋ ਜਾਏ ਸੋ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਇਨਹੈਰੈਂਟ ਟਰੂਥ ਹੈ ਜਿਹੜੀ ਵਿੱਚ ਜੁੜੀ ਹੋਈ ਹਕੀਕਤ ਹੈ ਜਿਹੜੀ ਸਾਨੂੰ ਉਸ ਤੌਹੀਦ ਦੀ ਸਾਂਝ ਨਾਲ ਬੰਨਦੀ ਹੈ ਜਿਹੜੀ ਪਿਆਰ ਦੇ ਨਾਲ ਬੰਨਦੀ ਹੈ ਇੱਕ ਦੂਜੇ ਦੇ ਜਿਹੜੀ ਇੱਕ ਰੱਬ ਦੇ ਉੱਤੇ ਯਕੀਨ ਔਰ ਖੁਦਾਈ ਖਿਦਮਤਗਾਰੀ ਇਹ ਸਾਡਾ ਅਮਲ ਦੱਸਦੀ ਹੈ ਅਸੀਂ ਉਹਨਾਂ ਸਾਂਝਾਂ ਦੀ ਔਰ ਇਤਿਹਾਸ ਦੀਆਂ ਸਾਂਝਾਂ ਵੀ ਅਸੀਂ ਗੱਲ ਕਰਾਂਗੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਦਿਨਾਂ 'ਚ ਵੀ ਜਿਹੜੇ ਜ਼ਿਆਦਾ ਸ਼ਬਦ ਕਿਉਂਕਿ ਸਾਡਾ ਪ੍ਰਾਇਮਰੀ ਜਿਹੜੀ ਕੈਨਨ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਇਤਿਹਾਸ ਦੇ ਵਿੱਚ ਹਰ ਇੱਕ ਦੀ ਆਪਣੀ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ ਮੁਗਲੀਆ ਕੋਰਟ ਵਾਲਿਆਂ ਨੇ ਆਪਣੇ ਢੰਗ ਨਾਲ ਇਤਿਹਾਸ ਲਿਖਿਆ ਹਿੰਦੂ ਇਤਿਹਾਸਕਾਰਾਂ ਨੇ ਆਪਣੇ ਨਾਲ ਲਿਖਿਆ ਸਿੱਖ ਇਤਿਹਾਸਕਾਰਾਂ ਨੇ ਆਪਣੇ ਪਰਸਪੈਕਟਿਵ ਨਾਲ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ ਮੂਲ ਹੈ ਜਿਹਦੇ ਵਿੱਚ ਕੋਈ ਵੀ ਚੀਜ਼ ਦੇ ਵਿੱਚ ਪਿਛਲੀਆਂ 4 ਸਦੀਆਂ 'ਚ ਕੋਈ ਕੰਨਾ ਸਿਹਾਰੀ ਬਿਹਾਰੀ ਕੋਈ ਗ੍ਰੈਮਰ ਕੋਈ ਪੰਕਚੁਏਸ਼ਨ ਚੇਂਜ ਨਹੀਂ ਹੋਈ ਹੈ ਔਰ ਸਾਡੇ ਲਈ ਇਹ ਸਭ ਤੋਂ ਜ਼ਿਆਦਾ ਹੈ ਕਿ ਉਹ ਮੂਲ ਰੂਪ ਦੇ ਵਿੱਚ ਪਿਓਰ ਫਾਰਮ ਦੇ ਵਿੱਚ ਸਾਡੇ ਕੋਲ ਹੈ ਔਰ ਉਹਦੇ 'ਚ ਅਸੀਂ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ 'ਚੋਂ ਜਿਹੜਾ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਪੇਜ 141 ਦੇ ਉੱਤੇ ਹੈ 1430 ਟੋਟਲ ਪੇਜਿਸ ਨੇ ਜਿਨ੍ਹਾਂ ਨੂੰ ਅਸੀਂ ਸਰਕਾਰ ਨਾਲ ਆਪਣੀ ਸ਼ਬਦਾਵਲੀ ਦੇ ਵਿੱਚ ਅੰਗ ਕਹਿੰਦੇ ਅੰਗ ਦਾ ਮਤਲਬ ਹੁੰਦਾ ਪਾਰਟ ਆਫ ਦਾ ਬਾਡੀ ਕਿ ਇਹ ਸਾਡੇ ਲਈ ਕਿਉਂਕਿ ਜਿਵੇਂ ਕੁਰਾਨ ਮੁਕੱਦਸ ਹੈ ਉਸਦੀ ਹਰ ਆਇਤ ਮੁਕੱਦਸ ਹੈ ਉਸਦੀ ਈਵਨ ਜਿਸ ਕਾਗਜ਼ ਦੇ ਉੱਤੇ ਕੁਰਾਨ ਪ੍ਰਿੰਟ ਹੋਇਆ ਹੈ ਜਾਂ ਲਿਖਿਆ ਕੈਲੀਗ੍ਰਾਫ ਉਹ ਵੀ ਪਵਿੱਤਰ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਪਵਿੱਤਰ ਹੈ ਔਰ ਇਹ ਮਾਝ ਦੀ ਵਾਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਔਰ ਮੈਂ ਇਹ ਸ਼ਬਦ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਜਿਵੇਂ ਇਸਲਾਮ ਦੇ 5 ਪਿੱਲਰਸ ਦੇ ਵਿੱਚ ਜਿਹਦੇ 'ਚ ਇਹ ਰਮਜ਼ਾਨ ਦੇ ਮਹੀਨੇ 'ਚ 5 ਵੇਲੇ ਦੀ ਨਮਾਜ਼ ਬੇਸ਼ੱਕ ਮੁਸਲਮਾਨ ਲਈ ਰੋਜ਼ਾਨਾ 5 ਨਮਾਜ਼ਾਂ ਜਿਹੜੀਆਂ ਨੇ ਉਹ ਬੜੀਆਂ ਇੰਪੋਰਟੈਂਟ ਨੇ ਔਰ ਉਸ ਦੇ ਉੱਤੇ ਲਾਜ਼ਮ ਨੇ
और अपने सिख भरावां भैणां लई मैं दसदे हां कि उन्हां पंज नमाज़ां च एक सवेर दी नमाज़ है जिसनूं फजर दी नमाज़ कहिंदे ने, इह सूरज चढ़न तों पहलां जिहड़ी है पढ़ी जांदी है। एक दुपहर दी नमाज़ है जिसनूं जोहर जां जोहर कहा जांदा है, इह ऐन नून दुपहर वेले है। एक जदों दुपहर घटनी शुरू हुंदी है जिहनूं असीं अंग्रेजी च आफ्टरनून कहिंदे हां, ਉਹ ਨਮਾਜ਼ ਹੈ, ਉਸ ਨੂੰ ਅਸਰ ਦੀ ਨਮਾਜ਼ ਕਹਿੰਦੇ ਨੇ। ਔਰ ਇੱਕ ਜਿਹੜੀ ਹੈ ਸ਼ਾਮ ਨੂੰ ਸੂਰਜ ਡੁੱਬਣ ਦੇ ਨੇੜੇ ਤੇੜੇ ਉਹਨੂੰ ਮਗਰਬ ਦੀ ਨਮਾਜ਼ ਕਹਿੰਦੇ ਨੇ। ਔਰ ਪੰਜਵੀਂ ਨਮਾਜ਼ ਜਿਹੜੀ ਰਾਤ ਨੂੰ ਪੜ੍ਹੀ ਜਾਂਦੀ ਹੈ ਇਹ ਈਸ਼ਾ ਦੀ ਨਮਾਜ਼ ਹੈ। ਸੋ ਇਹ ਫਜ਼ਰ, ਜ਼ੁਹਰ, ਅਸਰ, ਮਗਰਬ, ਈਸ਼ਾ ਦੀਆਂ ਇਹ ਪੰਜ ਨਮਾਜ਼ਾਂ ਜਿਹੜੀਆਂ ਨੇ ਇਹ ਜ਼ਰੂਰੀ ਨੇ ਹਰ ਮੁਸਲਮਾਨ ਲਈ। ਔਰ ਇਸ ਰਮਜ਼ਾਨ ਦੇ ਮਹੀਨੇ ਜਿਹਨਾਂ ਨੇ ਰੋਜ਼ੇ ਰੱਖੇ ਨੇ, ਬੇਸ਼ੱਕ ਸੂਰਜ ਚੜ੍ਹਨ ਤੋਂ ਪਹਿਲੇ ਔਰ ਡੁੱਬਣ ਤੋਂ ਬਾਅਦ ਜਿਹੜਾ ਹੀ ਉਹ ਕੁਛ ਈਵਨ ਪਾਣੀ ਤੱਕ ਉਸ ਪੀਰੀਅਡ ਚ ਨਹੀਂ ਲੈਂਦੇ, ਇਹਨਾਂ ਪੰਜ ਨਮਾਜ਼ਾਂ ਦਾ ਸਿੰਬੋਲਿਜ਼ਮ ਕੀ ਹੈ, ਇਸ ਚੋਂ ਕੀ ਸਿੱਖਣਾ ਚਾਹੀਦਾ, ਜਾਂ ਇਹ ਪੰਜ ਨਮਾਜ਼ਾਂ ਪੜ੍ਹਨ ਵਾਲੇ ਮੁਸਲਮਾਨ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਹੈ, ਇਸ ਬਾਰੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਸ ਮਾਝ ਵਾਰ ਪਹਿਲਾਂ ਦੇ ਵਿੱਚ ਉਹਨਾਂ ਦਾ ਸਲੋਕ ਹੈ, ਔਰ ਮੈਂ ਪਹਿਲਾਂ ਪੂਰਾ ਪੜ੍ਹ ਕੇ ਉਹਨੂੰ ਫਿਰ ਬਰੀਫਲੀ ਇੰਟਰਪ੍ਰੇਟ ਕਰਾਂਗਾ। ਪੰਜ ਨਮਾਜ਼ਾਂ, ਵਕਤ ਪੰਜ, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ, ਕੂੜੇ ਕੂੜੀ ਪਾਏ। ਇਨਫੈਕਟ ਮੈਨੂੰ ਇਹ ਸ਼ਬਦ ਹਮੇਸ਼ਾ ਹੀ ਬਹੁਤ ਚੰਗਾ ਲੱਗਦਾ ਹੈ ਕਿ ਜਿਵੇਂ, ਔਰ ਇਹ ਸਾਡੇ ਲਈ ਵੀ ਹੈ, ਇਹ ਕੋਈ ਬੇਸ਼ੱਕ ਕਿਉਂਕਿ ਮੁਸਲਮਾਨਾਂ ਨੂੰ ਐਡਰੈਸਡ ਹੈ ਉਹਨਾਂ ਦੇ ਨਮਾਜ਼ਾਂ ਦੇ ਸਿੰਬੋਲਿਜ਼ਮ ਨੂੰ ਇਸਤੇਮਾਲ ਕਰਦੇ ਹਾਂ, ਪਰ ਜਿਹੜੇ ਪੰਜ ਗੁਣ ਇਨਸਾਨ ਦੇ ਵਿੱਚ ਹੋਣੇ ਚਾਹੀਦੇ ਨੇ, ਜਿਹੜੇ ਇਨਸਾਨ ਇਹ ਕਲੇਮ ਕਰਦੇ ਨੇ ਕਿ ਉਹ ਰੱਬ ਦੇ ਬੰਦੇ ਨੇ ਜਾਂ ਬੰਦੀਆਂ ਨੇ, ਰੱਬ ਦੇ ਨਾਲ ਉਹ ਜੁੜੇ ਹੋਏ ਨੇ ਜਾਂ ਉਹ ਇਮਾਨ ਵਾਲੇ ਨੇ, ਸੋ ਉਹਨਾਂ ਨੇ ਪੰਜ ਨਮਾਜ਼ਾਂ ਦਾ ਸਿੰਬੋਲਿਜ਼ਮ ਇਸਤੇਮਾਲ ਕਰਦਿਆਂ ਮੁਸਲਮਾਨ ਨੂੰ ਐਡਰੈਸ ਕਰਦਿਆਂ ਕਿਹਾ ਕਿ ਤੈਨੂੰ ਕਦੋਂ ਹੱਕ ਹੋਏਗਾ ਕਿ ਤੂੰ ਆਪਣੇ ਆਪ ਨੂੰ ਮੁਸਲਮਾਨ ਕਹਾ ਸਕੇ, ਕਿ ਤੂੰ ਸੱਚਮੁੱਚ ਦਾ ਮੁਸਲਮਾਨ ਹੈ, ਤੈਨੂੰ ਕਦੋਂ ਇਹ ਹੱਕ ਹਾਸਲ ਹੋਏਗਾ। ਉਹਦੇ ਚ ਉਹਨਾਂ ਕਿਹਾ ਕਿ ਭਾਈ ਤੂੰ ਪੰਜ ਨਮਾਜ਼ਾਂ ਜ਼ਰੂਰ ਪੜ੍ਹਦੇ, ਤੂੰ ਪੰਜ ਨਮਾਜ਼ੀ ਹੋਏਗਾ, ਪਰ ਜੇ ਤੇਰੇ ਅਮਲਾਂ ਦੇ ਵਿੱਚ ਇਹਨਾਂ ਨਮਾਜ਼ਾਂ ਦੇ ਜ਼ਰੀਏ ਤੇਰਾ ਅਮਲ ਠੀਕ ਨਹੀਂ ਹੈ, ਜਿਸ ਨੂੰ ਜੇ ਅਸੀਂ ਬੁੱਲੇ ਸ਼ਾਹ ਉਹਨਾਂ ਦੇ ਕਲਾਮ ਦੇ ਨਾਲ ਦੇਖੀਏ, ਮੈਂ ਵਕਤ ਕਰਕੇ ਉਹਦੇ ਨਾਲ ਕੰਪੈਰੀਜ਼ਨ ਚ ਨਹੀਂ ਜਾ ਰਿਹਾ, ਪਰ ਜ਼ਾਹਰ ਹੈ ਕਿ ਉਹਨਾਂ ਦਾ ਵੀ ਜਦੋਂ ਉਹਨਾਂ ਨੇ ਬਾਰ ਬਾਰ ਬੜੀ ਬੇਬਾਕੀ ਦੇ ਨਾਲ ਇਹ ਕਿਹਾ ਕਿ ਭਾਈ ਤੂੰ ਕਿੱਥੋਂ ਦਾ ਹਾਜ਼ੀ ਹੈ, ਕਿ ਜੇ ਤੇਰੇ ਜੀਵਨ ਦੇ ਵਿੱਚ ਜਿਹੜੀ ਹੈ ਉਹ ਤਬਦੀਲੀ ਨਹੀਂ ਆਈ, ਤੇ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਪੰਜ ਨਮਾਜ਼ਾਂ ਵਕਤ ਪੰਜ, ਪੰਜਾ ਪੰਜੇ ਨਾਉ, ਕਿ ਭਾਈ ਪੰਜ ਵਕਤ ਨੇ ਤੇ ਪੰਜ ਨਮਾਜ਼ਾਂ ਨੇ ਤੁਹਾਡੀਆਂ, ਔਰ ਉਹਨਾਂ ਪੰਜਾਂ ਦੇ ਵੱਖੋ ਵੱਖਰੇ ਨਾਂ ਨੇ, ਪਰ ਇਹਦੇ ਚੋਂ ਸਿੱਖਣ ਦੀ ਕੀ ਸੀ ਜਿਹੜਾ ਤੂੰ ਨਹੀਂ ਸਿੱਖਿਆ। ਪਹਿਲਾ ਸੱਚ, ਪਹਿਲੀ ਨਮਾਜ਼ ਤੈਨੂੰ ਇਹ ਯਕੀਨ ਦਹਾਨੀ ਕਰਾਏ ਕਿ ਮੇਰੀ ਜ਼ਿੰਦਗੀ ਸੱਚ ਦੇ ਉੱਤੇ ਮਬਨੀ ਹੋਏਗੀ, ਕਿ ਮੈਂ ਆਪਣੇ ਅਮਲਾਂ ਦੇ ਵਿੱਚ ਜਿਹੜਾ ਉਹ ਸੱਚ ਨੂੰ ਰੱਖਾਂਗਾ। ਔਰ ਮੈਂ ਦੇਖ ਰਿਹਾ ਸੀ ਕਿ ਉੱਥੋਂ ਦੇ ਤੁਲਬਾ ਮੁਲਤਾਨ ਦੇ ਨੇੜੇ ਦੇ ਵੱਡੇ ਜਿਹੜੇ ਨੇ ਮੌਲਵੀ ਨੇ, ਔਰ ਬਹੁਤ ਮੌਲਾਨਾ ਰਿਸਪੈਕਟ ਦੇ ਨਾਲ ਮੈਂ ਕਹਾਂਗਾ, ਉਹਨਾਂ ਨੇ ਪਿਛਲੇ ਦਿਨਾਂ ਚ ਜਿਹਦੇ ਚ ਜਰਨਲਿਸਟ ਵੀ ਬੈਠੇ ਹੋਏ ਨੇ ਖਿਲਰ ਕੇ, ਉਹ ਵਰਚੁਅਲ ਹੈ, ਇਮਰਾਨ ਖਾਨ ਵੀ ਨੇ, ਔਰ ਜਿਹੜਾ ਉਹਨਾਂ ਨੇ ਅੱਖਾਂ ਚੋਂ ਅਥਰੂ ਵਗਾਉਂਦਿਆਂ ਕੌਮ ਨੂੰ ਪੈਗਾਮ ਦਿੱਤਾ ਕਿ ਭਾਈ ਕੀ ਕਰਨ ਦੀ ਲੋੜ ਹੈ, ਤੇ ਉਹਨਾਂ ਨੇ ਉਹਨਾਂ ਗੱਲਾਂ ਦੇ ਉੱਤੇ ਜਦੋਂ ਮੈਂ ਇਹ ਸ਼ਬਦ ਅੱਜ ਪੜ੍ਹ ਰਿਹਾ ਸੀ, ਤੇ ਉਹਨਾਂ ਨੇ ਜਿਹੜਾ ਦੋ ਦਿਨ ਪਹਿਲਾਂ ਹੀ ਇਹ ਮੈਸੇਜ ਦਿੱਤਾ ਕਿ ਭਾਈ ਕਿੱਥੇ ਗਈ ਦਿਆਨਤਦਾਰੀ, ਕਿੱਥੇ ਗਿਆ ਅਮਲ, ਕਿੱਥੇ ਗਈ ਤੁਹਾਡੀ ਹਯਾ, ਕਿੱਥੇ ਗਿਆ ਤੁਹਾਡਾ ਯਕੀਨ, ਕਿੱਥੇ ਹੋ ਤੁਸੀਂ ਸਾਰੇ, ਔਰ ਇਹ ਸਾਰੀ, ਔਰ ਉਹ ਰੋ ਰਹੇ ਸੀ ਕਿ ਭਾਈ ਜੇ ਤੁਸੀਂ ਇਹ ਚੀਜ਼ਾਂ ਛੱਡ ਦਿਓ ਤੇ ਫਿਰ ਰੱਬ ਦੀ ਨਜ਼ਰ ਤੁਹਾਡੇ ਵੱਲ ਸਵਰਲੀ ਹੋਏਗੀ, ਅੱਲਾਹ ਤਾਲਾ ਤੁਹਾਡੇ ਤੇ ਕਰਮ ਕਰੇਗਾ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਗੁਰੂ ਨਾਨਕ ਸਾਹਿਬ ਕਿ ਭਾਈ ਪਹਿਲੀ ਨਮਾਜ਼ ਚੋਂ ਤੇਰਾ ਤੇਰੀ ਜ਼ਿੰਦਗੀ ਦੇ ਵਿੱਚ ਸੱਚ ਦੇ ਉੱਤੇ ਖਲੋਣ ਦੀ ਗੱਲ, ਸੱਚ ਦੀ ਦਾ ਜੀਵਨ ਜੀਣ ਦੀ ਗੱਲ ਹੋਣੀ ਚਾਹੀਦੀ ਹੈ। ਪਹਿਲਾ ਸੱਚ ਹਲਾਲ ਦੋਏ,
ਰਿਜ਼ਕੇ ਹਲਾਲ ਕਿ ਤੂੰ ਜੇ ਤੇਰੀ ਕਮਾਈ ਦੇ ਵਿੱਚ ਬੇਈਮਾਨੀ ਹੈ, ਚੋਰੀ ਹੈ, ਚਕਾਰੀ ਹੈ, ਧੋਖੇਬਾਜ਼ੀ ਹੈ, ਫਰਾਡ ਹੈ, ਤੇ ਕਿਵੇਂ ਰੱਬ ਦੇ ਸਾਹਮਣੇ ਆਪਣਾ ਮੂੰਹ ਦਿਖਾਏਗਾ? ਤੂੰ ਕਿਹੜੇ ਮੂੰਹ ਨਾਲ ਜਿਹੜੀ ਹੈ ਉਹ ਦੂਸਰੀ ਨਮਾਜ਼ ਪੜ੍ਹਦੇ ਅਸਰ ਦੀ, ਜ਼ੁਹਰ ਦੀ, ਕਿ ਜੇ ਤੇਰੇ ਕੋਲ ਤੇਰੀ ਕਮਾਈ, ਕਿਉਂਕਿ ਹੁਣ ਇਹ ਸਵੇਰ ਦੀ ਨਮਾਜ਼ ਤੇਰਾ ਦਿਨ ਸੱਚ ਨਾਲ ਸ਼ੁਰੂ ਹੋਏ, ਤੇ ਫਿਰ ਜ਼ਾਹਿਰ ਹੈ ਸੂਰਜ ਚੜ੍ਹਨ ਦੇ ਨਾਲ ਬੰਦਾ ਕਿਰਤ ਦੇ ਲਈ ਜਾਂਦਾ ਹੈ, ਕੰਮ ਲਈ ਜਾਂਦਾ ਹੈ, ਤੇ ਗੁਰੂ ਸਾਹਿਬ ਨੇ ਫਿਰ ਜਿਹੜਾ ਰਿਜ਼ਕੇ ਹਲਾਲ ਦੀ ਗੱਲ ਸਮਝਾਈ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਕਿ ਹੁਣ ਜਦੋਂ ਆਫਟਰਨੂਨ ਤੱਕ ਪਹੁੰਚਦੇ ਆ ਤੂੰ ਅਸਰ ਦੀ ਨਮਾਜ਼ ਪੜ੍ਹ ਰਿਹਾ, ਤੇ ਫਿਰ ਕੀ ਸੱਚਮੁੱਚ ਤੇਰੀ ਜ਼ਿੰਦਗੀ ਦੇ ਅੰਦਰ ਇਹ ਹੈ ਕਿ ਤੂੰ ਰੱਬ ਤੋਂ ਸਭ ਦਾ ਭਲਾ ਮੰਗੇ, ਹਰ ਸਰਬੱਤ ਦਾ ਭਲਾ, ਇਹ ਤੇਰੀ ਤੀਸਰੀ ਨਮਾਜ਼ ਹੈ। ਚੌਥੀ ਨੀਅਤ ਰਾਸ, ਨੀਅਤ ਨੂੰ ਸਾਫ਼ ਕਰਨਾ, ਮਨ ਨੂੰ ਸਾਫ਼ ਕਰਨਾ, ਇਹ ਚੌਥੀ ਨਮਾਜ਼ ਹੈ। ਹੁਣ ਕੰਮ ਤੋਂ ਬੰਦਾ ਘਰ ਨੂੰ ਵਾਪਸ ਮੁੜ ਰਿਹਾ ਹੈ, ਜੇ ਤੂੰ ਰਿਜ਼ਕੇ ਹਲਾਲ ਕੀਤਾ ਹੈ, ਜੇ ਤੂੰ ਆਪਣੇ ਮਨ ਦੇ ਵਿੱਚ ਹੁਣ ਦੇਖ ਕਿ ਕੀ ਤੇਰੀ ਨੀਅਤ ਦੇ ਵਿੱਚ ਕਿਸੇ ਲਈ ਬਦਨੀਅਤੀ ਤਾਂ ਨਹੀਂ ਹੈ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਹੁਣ ਪੰਜਵੀਂ ਨਮਾਜ਼ ਜਿਹੜੀ ਈਸ਼ਾ ਦੀ ਹੈ ਉਹ ਤੈਨੂੰ ਇਸ ਗੱਲ ਦੇ ਲਈ ਸਮਝਾਏ ਕਿ ਭਾਈ ਤੂੰ ਹਰ ਦਮ ਹਰ ਸਾਹ ਰੱਬ ਦੀ ਸਿਫਤ ਸਲਾਹ ਵਡਿਆਈ ਦੇ ਵਿੱਚ ਗੁਜ਼ਾਰਨਾ, ਸਿਫਤ ਸੁਣਾਏ, ਇਹ ਤੇਰੀ ਪੰਜਵੀਂ ਨਮਾਜ਼ ਹੈ। ਔਰ ਫਿਰ ਜ਼ਾਹਿਰ ਹੈ ਕਿ ਮੁਸਲਮਾਨ ਕਲਮਾ ਪੜ੍ਹਦਾ, ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜਾ ਤੂੰ ਕਲਮਾ ਤਾਂ ਪੜ੍ਹ ਲਿਆ, ਲੇਕਿਨ ਕੀ ਤੇਰੀ ਕਰਨੀ ਦੇ ਵਿੱਚ, ਤੇਰੇ ਐਕਸ਼ਨਸ ਦੇ ਵਿੱਚ ਉਹ ਹੈ ਜੋ ਤੂੰ ਕਲਮੇ ਦੇ ਵਿੱਚ ਆਪਣੇ ਆਪ ਨੂੰ ਕਲਮਾ ਪੜ੍ਹ ਕੇ ਮੁਸਲਮਾਨ ਹੁੰਦਾ ਹੈ, ਪਰ ਤੇਰੀ ਕਰਨੀ ਤੇਰਾ ਕਲਮਾ ਹੋਣਾ ਚਾਹੀਦਾ ਆ ਕੇ ਤਾਂ ਮੁਸਲਮਾਨ ਸਦਾਏ। ਫਿਰ ਜੇ ਤੂੰ ਇਹ ਪੰਜੋ ਗੁਣ ਤੇਰੇ ਚ ਨੇ, ਤੇਰਾ ਫਿਰ ਤੈਨੂੰ ਮੁਸਲਮਾਨ ਕਹਾਣ ਦਾ ਹੱਕ ਹੈ। ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਔਰ ਇਹ ਉਹਨਾਂ ਨੇ ਕਿਹਾ ਕਿ ਹੇ ਨਾਨਕ, ਆਪਣੇ ਆਪ ਨੂੰ ਸਮਝਾ ਰਹੇ ਨੇ ਕਿ ਭਾਈ ਜਿਨ੍ਹਾਂ ਨੇ ਇਹ ਅਮਲਾਂ ਦੀਆਂ ਨਮਾਜ਼ਾਂ ਦਾ ਕਲਮਾ ਨਹੀਂ ਪੜਿਆ, ਉਹ ਇਹ ਯਾਦ ਰੱਖਣ, ਉਹ ਜਿੰਨੇ ਵੀ ਨੇ ਉਹ ਜੋ ਮਰਜ਼ੀ ਬਾਹਰਲਾ ਰੂਪ ਕਰਨ, ਉਹ ਕੂੜ ਦੇ ਵਪਾਰੀ ਨੇ, ਕੂੜ ਦੇ ਵਰਜਾਰੇ ਨੇ, ਤੇ ਝੂਠੇ ਦੀ ਕਿਤੇ ਇੱਜ਼ਤ ਨਹੀਂ ਹੁੰਦੀ, ਨਾ ਰੱਬ ਦੀ ਦਰਗਾਹ ਦੇ ਵਿੱਚ, ਨਾ ਰੱਬ ਦੀ ਖਲਕਤ ਦੇ ਵਿੱਚ। ਔਰ ਇਹੀ ਅਖੀਰਲੀ ਲਾਈਨ ਹੈ, ਨਾਨਕ ਜੇਤੇ ਕੂੜਿਆਰ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿੰਨੇ ਕੂੜੇ ਨੇ, ਝੂਠੇ ਨੇ, ਕੂੜੇ ਕੂੜੀ ਪਾਏ, ਅਲਟੀਮੇਟਲੀ ਉਹ ਜਿਹੜੇ ਨੇ ਕੂੜ ਦਾ ਹੀ ਜਿਹੜਾ ਉਹ ਹਿੱਸਾ ਬਣ ਜਾਂਦੇ ਨੇ, ਝੂਠ ਦਾ ਹੀ ਜਿਹੜਾ ਉਹਨਾਂ ਦਾ ਸਾਰਾ ਵਜੂਦ ਬਣ ਜਾਂਦਾ ਹੈ। ਔਰ ਇਸ ਗੱਲ ਨੂੰ ਜਦੋਂ ਅਸੀਂ ਇਹ ਦੁਹਰਾਉਂਦੇ ਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ, ਤੇ ਬਾਬਾ ਨਾਨਕ ਹੀ ਫਰਮਾਉਂਦੇ ਨੇ ਕਿ ਕੂੜ ਨਿਖੁੱਟੈ ਨਾਨਕਾ ਓੜ ਸੱਚ ਰਹੀ, ਕਿ ਅਲਟੀਮੇਟਲੀ ਕੂੜ ਖਤਮ ਹੁੰਦਾ ਹੈ ਔਰ ਸੱਚ ਦੀ ਜਿੱਤ ਹੁੰਦੀ ਹੈ। ਇਹ ਸਾਡਾ ਅੱਜ ਦਾ ਵਿਚਾਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਦੇ ਨਾਲ ਆਪਣੇ ਵਿਊਰਸ ਕੋਲੇ ਨੇ ਇਜਾਜ਼ਤ। ਵਿਊਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosshtv.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਦੋ ਟੀਵੀ 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।